ਇਹਨਾਂ ਦੋਨਾਂ ਦਾ ਜੀ 2016 ਦੇ ਵਿੱਚ ਵਿਆਹ ਹੋਇਆ ਸੀਗਾ ਲਵ ਮੈਰਿਜ ਸੀ ਇਹਨਾਂ ਦੀ ਜੀ 22 ਤੇ 23 ਦੀ ਜਿਹੜੀ ਦਰਮਿਆਨੀ ਰਾਤ ਹੈਗੀ ਹੈ ਯਾਨੀ ਕਿ ਅੱਜ ਸਵੇਰੇ ਸਵੇਰੇ 2:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਨਿਆਮਤ ਗਿੱਲ ਨਾਮ ਦੀ ਮਹਿਲਾ 29 ਵਰਸ਼ਾਂ ਦੀ ਉਹਨਾਂ ਦੀ ਉਮਰ ਸੀਗੀ ਉਹਨਾਂ ਦਾ ਫਤਿਹਗੜ੍ਹ ਦੇ ਵਿੱਚ ਮਰਡਰ ਹੋ ਗਿਆ ਅਤੇ ਇਹਨਾਂ ਦੀ ਮਦਰ ਨੇ ਜੋ ਭੁਪਿੰਦਰ ਕੌਰ ਉਹਨਾਂ ਦੇ ਬਿਆਨਾਂ 'ਤੇ 302 ਦਾ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਮੁਤਾਬਿਕ FIR ਦੇ ਮੁਤਾਬਿਕ ਨਿਆਮਤ ਗਿੱਲ ਦਾ ਉਹਨਾਂ ਦੇ ਹਸਬੈਂਡ ਨੇ ਅਤੇ ਉਹਨਾਂ ਦੀ ਮਦਰ ਇਨ ਲਾਅ ਨੇ ਮਰਡਰ ਕੀਤਾ ਸੀਗਾ ਇਸ ਇਨਫੋਰਮੇਸ਼ਨ 'ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਇਮੀਡੀਏਟਲੀ FIR ਦਰਜ ਕੀਤੀ ਅਤੇ ਬਹੁਤ ਚੰਗਾ ਕੰਮ ਕਰਦੇ ਹੋਏ SHO ਫਤਿਹਗੜ੍ਹ ਸਾਹਿਬ ਅਤੇ DSP ਫਤਿਹਗੜ੍ਹ ਸਾਹਿਬ ਨੇ ਟੀਮਸ ਬਣਾ ਕੇ ਉਹਨਾਂ ਦੀ ਭਾਲ ਸ਼ੁਰੂ ਕੀਤੀ ਅਤੇ ਰਿਕਾਰਡ ਟਾਈਮ ਦੇ ਵਿੱਚ ਜਿਹੜਾ ਨਿਆਮਤ ਗਿੱਲ ਦਾ ਹਸਬੈਂਡ ਸੀ ਮਨਜੋਤ ਸਿੰਘ ਉਹਨੂੰ ਅਰੈਸਟ ਕੀਤਾ ਗਿਆ ਅਤੇ ਉਹਦੀ ਜਿਹੜੀ ਮਦਰ ਨੇ ਰੁਪੇਸ਼ ਕੌਰ ਉਹਨਾਂ ਦੀ ਭਾਲ ਜਾਰੀ ਹੈ ਮੈਡਮ ਕਾਰਨ ਕੀ ਸੀਗੀ ਮਰਡਰ ਕਰਨ ਦੇ ਅਤੇ ਕਿਵੇਂ ਕੀਤਾ ਗਿਆ ਇਹਨਾਂ ਦੋਨਾਂ ਦਾ ਜੀ 2016 ਦੇ ਵਿੱਚ ਵਿਆਹ ਹੋਇਆ ਸੀਗਾ ਲਵ ਮੈਰਿਜ ਸੀ ਇਹਨਾਂ ਦੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਜੋ ਹੁਣ ਮੁੱਢਲੀ ਕੁਝ ਕਿਸ਼ਤ ਵਿੱਚ ਗੱਲ ਸਾਹਮਣੇ ਆਈ ਹੈ ਨਿਆਮਤ ਗਿੱਲ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਜਿਹੜਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਰ ਕੱਲ੍ਹ ਜੋ ਹੈ ਇਹਨਾਂ ਦਾ ਬਰਥਡੇ ਸੀਗਾ ਮ੍ਰਿਤਕ ਨਿਆਮਤ ਗਿੱਲ ਦਾ ਅਤੇ ਉਹਨਾਂ ਨੇ ਆਪਣੇ ਪੇਕੇ ਘਰ ਜਾਣ ਦਾ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ਗੱਲ 'ਤੇ ਇਹਨਾਂ ਦੀ ਲੜਾਈ ਵਧੀ ਅਤੇ ਇਹਦੇ ਜਿਹੜੇ ਹਸਬੈਂਡ ਨੇ ਮਨਜੋਤ ਸਿੰਘ ਉਹਨਾਂ ਨੇ ਇਹਨਾਂ ਨੂੰ ਸਵਿਫਟ ਗੱਡੀ ਦੇ ਵਿੱਚ ਬਿਠਾ ਕੇ ਫਿਰੋਜ਼ਪੁਰ ਨਹਿਰ ਦੇ ਨੇੜੇ ਸਟਰੈਂਗੂਲੇਸ਼ਨ ਕਰਕੇ ਘੁੱਟ ਕੇ ਇਹਨਾਂ ਦੀ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਭਗੌੜੇ ਹੋ ਗਏ ਭੱਜ ਗਏ ਅਤੇ ਨਾਲ ਦੀ ਨਾਲ ਪੁਲਿਸ ਕੋਲ ਇਨਫੋਰਮੇਸ਼ਨ ਆਈ ਅਤੇ ਪੁਲਿਸ ਨੇ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ FIR ਰਜਿਸਟਰ ਕਰਕੇ ਅਕਿਊਜ਼ ਨੂੰ ਅਰੈਸਟ ਕੀਤਾ ਲਾਸਟ ਵਾਰ ਕਿੱਥੇ ਰੱਖੀ ਮਰਡਰ ਤੋਂ ਬਾਅਦ ਹਾਂਜੀ ਲਾਸਟ ਕਰਨ ਮਰਡਰ ਕਰਨ ਤੋਂ ਬਾਅਦ ਕਿੱਥੇ ਰੱਖੀ ਜੀ ਪਤਾ ਕਿਵੇਂ ਲੱਗਿਆ ਪਤਾ ਜੀ ਉਹਦਾ ਜਿਹੜੇ ਉਹਨਾਂ ਦੇ ਘਰ ਸੀਗੇ ਘਰ ਤੋਂ ਹੀ ਪਤਾ ਲੱਗਿਆ ਘਰ ਲੈ ਕੇ ਆ ਗਏ ਸੀਗੇ ਉਹਨਾਂ ਨੂੰ ਕਨਸੀਵ ਕਰਨ ਦੀ ਕੋਸ਼ਿਸ਼ ਕੀਤੀ ਉਸ ਗੱਲ ਤੋਂ ਪਤਾ ਚੱਲਿਆ ਇਹਨਾਂ ਦੋਨਾਂ ਦਾ ਜੀ 2016 ਦੇ ਵਿੱਚ ਵਿਆਹ ਹੋਇਆ ਸੀਗਾ ਲਵ ਮੈਰਿਜ ਸੀ ਇਹਨਾਂ ਦੀ ਜੀ 22 ਤੇ 23 ਦੀ ਜਿਹੜੀ ਦਰਮਿਆਨੀ ਰਾਤ ਹੈਗੀ ਹੈ ਯਾਨੀ ਕਿ ਅੱਜ ਸਵੇਰੇ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਮਸਤਾਨ ਜੀ ਪਤਾ ਪੰਜਾਬ 9876 57 686 ਮੋਣੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਿਆਰ ਚ ਧੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ PR ਚ ਰੁਕਾਵਟ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਗੁਰੂ ਮਸਤਾਨ ਜੀ 9876 57 686